नानिया माए उसकी परियां चो होनिया असू दियां रातां वरगी सादी ते सोनिया दसदी है तोर जट्टी दी जाई ओ पिंड दी है मिट्टी दी खुशबू दे लफजां चो खिंड दी है सांबे ओ केसल मेरे जट जिदा फसलां नू रबायो दी गुड़ती दे दे आउंदियां नसलां नूं रबायो दी गुड़ती दे दे आउंदियां नसलां नूं रबायो दी गुड़ती दे दे जिया ले जायो दा फुला भी पाल दिया सोनी दे कुमन दुआले मक्खियां मख्याल दिया रेंदी है ताजी ताजी पत्त जिवें पुदीने दे उत्ते ले रेट वधा दे ओने पश्मीने दे चेहरे ते नूर जट्टी दे वेला जो सरगी दा करदा हथ लावण नू जांदी है रुस किते जे रोंदे है पौरे जी लगदे जिवें मौसम ओदे बस विच अखोरे जी जी करदे फुल बन जावा चट्टी दे रावां दा मिल जे गल वकड़ी ओदी मुल पै जे सावां दा गल वकड़ी ओदी ਸਤਿ ਸ਼੍ਰੀ ਅਕਾਲ ਸਾਰੇ ਨਾਨਕਾ ਪਰਿਵਾਰ ਨੂੰ ਅਤੇ ਮਣੀ ਤੈਨੂੰ ਤੇਰੇ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ ਅਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਅੱਜ ਕਿਉਂਕਿ ਤੈਨੂੰ ਵੀ ਪਤਾ ਮੰਮੀ ਨੂੰ ਵੀ ਪਤਾ ਅਤੇ ਮਾਸੀ ਨੂੰ ਅਤੇ ਮਾਮੀ ਹੋਣਾਂ ਨੂੰ ਸਾਰਿਆਂ ਨੂੰ ਪਤਾ ਮੈਂ ਨਿੱਕੇ ਹੁੰਦੇ ਦਾ ਤੇਰੇ ਵਿਆਹ ਦਾ ਇੰਤਜ਼ਾਰ ਕਰਦਾ ਸੀ ਹੋਰ ਕਿਸੇ ਦੇ ਵਿਆਹ ਦਾ ਮੈਨੂੰ ਪਤਾ ਨਹੀਂ ਪਰ ਤੇਰੇ ਵਿਆਹ ਦਾ ਮੈਨੂੰ ਬਹੁਤ ਚਾਅ ਸੀਗਾ ਵੀ ਤੇਰਾ ਵਿਆਹ ਵੇਖਾਂਗੇ ਵੱਡੇ ਹੋ ਕੇ ਅਤੇ ਮੈਂ ਮੰਮੀ ਨੂੰ ਹਮੇਸ਼ਾ ਨਿੱਕੇ ਹੁੰਦੇ ਪੁੱਛਦਾ ਹੁੰਦਾ ਸੀਗਾ ਮੰਮੀ ਮਣੀ ਦੇ ਵਿਆਹ 'ਤੇ ਮੈਨੂੰ ਸਰਵਾਲਾ ਬਣਾਉਣਗੇ ਕਿ ਗੈਰੀ ਨੂੰ ਬਣਾਉਣਗੇ ਤੇ ਮੰਮੀ ਨੇ ਕਹਿਣਾ ਕੋਈ ਨੀ ਪੁੱਤ ਮਣੀ ਦੇ ਵਿਆਹ 'ਤੇ ਤਾਂ ਤੈਨੂੰ ਹੀ ਬਣਾਉਣਗੇ ਗੈਰੀ ਦੇ ਤੇਰੇ ਵਿਆਹ 'ਤੇ ਗੈਰੀ ਨੂੰ ਬਣਾ ਲਾਂਗੇ ਚੱਲ ਅਤੇ ਅਫਸੋਸ ਸਰਵਾਲਾ ਬਣਨ ਦੀ ਤਾਂ ਗੱਲ ਬਹੁਤ ਦੂਰ ਆ ਮੈਂ ਤੇਰਾ ਵਿਆਹ ਵੀ ਨਹੀਂ ਵੇਖ ਸਕਿਆ ਅੱਜ ਇਸ ਗੱਲ ਦਾ ਮੈਨੂੰ ਬਹੁਤ ਦੁੱਖ ਆ
ਐਕਚੁਅਲੀ ਗੱਲ ਤੇ ਮੇਰੀ ਵੀ ਨਹੀਂ, ਮੇਰੇ ਪੇਪਰ ਆ ਗਏ ਸੀਗੇ ਫਾਈਨਲ ਐਗਜ਼ਾਮ ਤੇ ਹੁਣ ਇਹ ਮੈਂ ਮਿਸ ਕਰ ਨਹੀਂ ਸਕਦਾ ਸੀਗਾ ਕਿਉਂਕਿ ਇਹ ਲਾਸਟ ਸੈਕਿੰਡ ਸਮੈਸਟਰ ਸੀਗਾ ਤੇ ਹੁਣ ਪੜ੍ਹਾਈ ਮੁੱਕਣ ਵਾਲੀ ਸੀਗਾ। ਤੇ ਮੈਨੂੰ ਐਂ ਸੀਗਾ ਕਿ ਮਣੀ ਦਾ ਵਿਆਹ ਸਿਆਲਾਂ ਚ ਹੋ ਗਿਆ, ਚੱਲ ਉਦੋਂ ਤਾਂ ਇੰਡੀਆ ਆ ਹੀ ਜਾਵਾਂਗੇ, ਪਰ ਹੁਣ ਵਿਆਹ ਵੀ ਗਰਮੀਆਂ ਚ ਰੱਖ ਲਿਆ ਤੇ ਇਸੇ ਕਰਕੇ ਮੈਂ ਆ ਨਹੀਂ ਸਕਿਆ। ਤੇ ਮੈਨੂੰ ਬਹੁਤ ਬਹੁਤ ਦੁੱਖ ਆ, ਪਰ ਕੋਈ ਨੀ, ਜਦੋਂ ਤੂੰ ਇੱਥੇ ਆਏਗਾ ਟਰਾਂਟੋ ਇੱਥੇ ਲੈਂਡ ਹੋਏਗਾ, ਕੋਈ ਨੀ ਮੈਂ ਉੱਥੇ ਜ਼ਰੂਰ ਆਊਂਗਾ। ਤੇ ਫਿਰ ਤੋਂ ਤੈਨੂੰ ਮਾਮੀ ਮਾਮੇ ਸਿੰਮੂ ਤੇ ਨਾਨੀ ਨੂੰ ਤੇਰੇ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ।